ਚੱਕਲਾ ਚੱਕਲ ਮੋਟਰਸਾਈਕਲ ਉੱਥੇ ਲੈ ਕੇ ਜਾਊਗਾ, ਸਿਲੰਡਰ ਨਹੀਂ ਲਾ ਕੇ ਸੜਕ ਤੋਂ ਪਾਰ ਲਿਆਂਦਾ। ਵਗ ਜਾ ਭੱਜੂ ਉਹ। ਹੁਣ ਮੈਂ ਜਾਵਾਂ ਕਿਧਰਾ ਕੇ ਲਿਆਵਾਂ। ਠੀਕ ਹੈ, ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ 11 ਜੇਠ 25 ਮਈ ਸਾਲ 2023। ਹਾਂਜੀ, ਗਾਂ ਦੀ ਲਾਜ਼ਮੀ ਬਣਾ ਕੇ ਲਿਆਵਾਂਗੇ। ਕੀ ਹਾਲ ਆ ਭਾਈ? ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਵਧੀਆ ਸਿਹਤ? ਠੀਕ ਹੈ ਵੀਰੇ। ਅਤੇ ਸਵਾਗਤ ਆ ਸਾਰਿਆਂ ਦਾ ਆਪਣੇ ਨਵੇਂ ਬਲੌਗ 'ਚ ਭਾਈ। ਦਿਨ ਅੱਜ ਵੀਰਵਾਰ ਦਾ ਸਮਾਂ ਹੋਇਆ ਸਵੇਰੇ ਦੇ 9 ਵਜੇ ਦਾ, ਸੂਰਜ ਉਰੇ ਗਾਇਬ ਨੇ ਅਤੇ ਠੰਡਾ ਮੌਸਮ ਆ ਅਤੇ ਟੈਂਪਰੇਚਰ ਥੋੜ੍ਹਾ ਜਿਹਾ ਘਟਿਆ ਹੋਇਆ ਅਤੇ ਰਾਤ ਕੀ ਸਾਹ ਮਿਲੀ ਹੋਈ ਹੈਗੀ। ਅਤੇ ਬਿਲਾਲ ਜਿੰਮ ਦੀ ਡਿਊਟੀ ਤਾਂ ਹੁਣੇ ਘਰ ਵਾਪਸ ਆਈ ਨਾ। ਠੀਕ ਆ ਬਾਈ ਜੀ? ਠੀਕ ਹੈ, ਠੀਕ ਹੈ ਵੀਰੇ। ਅਤੇ ਅਗਲਾ ਮਾਹੌਲ ਚੱਲ ਪਤਾ ਨਹੀਂ ਅੱਜ ਦੀ ਦਿਨ ਚਾਰਿਆ ਕੀ ਹੋਊ, ਘਰੇ ਜਾ ਕੇ ਨਿਕਲਦੀ ਹੈ ਲਾਟਰੀ, ਅੱਜ ਕਿਹੜਾ ਕੰਮ ਕਰਨਾ ਗਾ। ਅਤੇ ਫਿਲਹਾਲ ਪ੍ਰਸ਼ਾਦਾ ਪਾਣੀ ਛਕਦੇ ਹਾਂ ਅਤੇ ਧੰਨਵਾਦ ਵੀਡੀਓ 'ਤੇ ਕਲਿੱਕ ਕਰਨ ਵਾਸਤੇ। ਐਂਡ ਤੱਕ ਲਾਜ਼ਮੀ ਦੇਖਿਓ, ਨਵੇਂ ਆਏ ਚੈਨਲ 'ਤੇ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਦੇਖ ਰਹੇ ਤਾਂ ਭਾਈ ਪੇਜ ਨੂੰ ਫੋਲੋ ਕਰ ਲਓ ਅਤੇ ਲਾਈਕ ਪਹਿਲਾਂ ਹੀ ਕਰਦੇ। ਬਲੌਗ ਤੁਹਾਨੂੰ ਬਾਕੀ ਬਹੁਤ ਜ਼ਿਆਦਾ ਘੈਂਟ ਲੱਗਣ ਵਾਲਾ, ਇਸ ਗੱਲ ਦੀ ਗਰੰਟੀ ਵੀ ਅਸੀਂ ਪਹਿਲੀਆਂ 'ਚ ਦਿੰਦੇ ਹਾਂ। ਅਤੇ ਫਿਰ ਬਣੇ ਰਹੋ ਐਂਡ ਤੱਕ, ਨਾਲ ਨਾਲ ਦਿਖਾਉਂਦੇ ਹਾਂ ਪੂਰੇ ਦਿਨ ਚਾਰਿਆ ਕੀ ਚੱਕੀ ਫਿਰ ਦਿੰਦਾ ਜੋ ਚੀਨੂੰ ਕਿਹਨੂੰ ਰਹਿ ਗਈ ਮੰਮੀ? ਮੰਮੀ ਕੀ ਕਰਦੇ ਫਿਰਦੇ ਆ? ਬਾਪੂ ਕੀ ਕਰਦੇ ਫਿਰਦੇ ਆ? ਹੋਰ ਸਾਰਾ ਕੁਛ ਬੋਲ, ਚੱਲ ਇੱਕ ਹੁਣ ਗਾਣਾ ਸੁਣਾ ਦੇ ਸਿੱਧੂ ਮੂਸੇ ਵਾਲਾ, ਜਾਂ ਰੋਟੀ ਖਾਈਏ। ਜਾਨਾ ਮੰਮੀ ਜਾਨਾ? ਠੀਕ ਹੈ। ਤੇ ਜਦੋਂ ਮੈਂ ਭਾਈ ਪ੍ਰਸ਼ਾਦਾ ਪਾਣੀ ਛੱਕ ਕੇ ਉੱਠਣ ਲੱਗਿਆ ਭਾਈ, ਉਹਦੀ ਲਾਡੀ ਆ ਗਿਆ ਅਤੇ ਜਿਹੜਾ ਇੱਥੇ ਖੜਾ ਮੈਨੂੰ ਉਡੀਕੀ ਜਾਂਦਾ ਮਿੱਤਰ। ਅਤੇ ਗੱਲਬਾਤ ਭਾਈ ਐਂ ਹੋ ਗਈ, ਗੱਲਬਾਤ ਭੋਗ ਤਾਂ ਹੀ ਬਾਕੀ ਗੱਲਬਾਤ। ਅਤੇ ਮੈਂ ਕਿਹਾ ਇਹਨੂੰ 2 ਮਿੰਟ ਤੋਂ ਪਹਿਲਾਂ ਆ ਜਾਂਦਾ, ਮੈਂ ਰੋਟੀ ਤਾਂ ਨਾ ਖਾਂਦਾ, ਉੱਥੇ ਪੇਟ ਪੂਜਾ ਤਾਂ ਉੱਥੇ ਚੱਜ ਨਾਲ ਆਪਾਂ ਉੱਥੇ ਕਰਿਆ ਹੁੰਦਾ ਇਸ ਮਾਰ ਕੇ। ਚੱਲ ਮੈਂ ਕਿਹਾ ਕੋਈ ਗੱਲ ਨਹੀਂ, ਅਤੇ ਬਾਬੇ ਦੇ ਦਰਸ਼ਨ ਕਰ ਆਵਾਂਗੇ ਅਤੇ ਕਰਾਉਣੇ ਫਿਰ ਤੁਹਾਨੂੰ ਵੀ ਦਰਸ਼ਨ, ਅਤੇ ਹੁਣ ਇੱਥੇ ਮੂਹਰਤ ਦੇ ਭੋਗ 'ਤੇ ਜਾਂਦੇ ਹਾਂਗੇ। ਅਤੇ ਬਾਕੀ ਭਾਈ ਸਾਹਿਬ ਲਾਡੀ ਆਪ ਨਾਲ ਅਤੇ ਲਾਡੀ ਪਰ ਬਲਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੇਖਦੇ ਮੱਥੇ ਜਾ ਕੇ ਬਾਬੇ ਦੇ, ਹਾਂ ਅਗਲਾ ਮਾਹੌਲ ਅੱਗੇ ਦਿਖਾਉਂਦੇ ਹਾਂਗੇ। ਅਤੇ ਤੂੰ 2 ਮਿੰਟ ਪਹਿਲਾਂ ਆ ਜਾਂਦਾ ਬੰਦਰਾ, ਮੈਂ ਗੇਅਰ ਛੜੀ ਗੱਡੀ ਗਏ ਮੇਰੇ ਜਿਨ੍ਹਾਂ ਦਾ ਫਿਰ ਵੀ ਛੱਕ ਹੀ ਲਏ। ਨਹੀਂ ਨਹੀਂ ਯਾਰ, ਲੋਕ ਤਾਂ ਮੁੜੇ ਵੀ ਆਉਂਦੇ ਯਾਰ ਲਾਡੀ। ਅਤੇ ਅੱਜ ਭਾਈ ਪਹਿਲੀ ਵਾਰੀ ਐਂ ਹੋਇਆ ਗਾ ਕਿ ਆਪਣੀਆਂ ਸਾਫ਼ ਸਫੂਤ ਚੱਪਲਾਂ ਲੈ ਕੇ ਮੁੜਿਆ, ਅਤੇ ਨਹੀਂ ਤਾਂ ਜੇ ਮੈਂ ਟੁੱਟੀਆਂ ਪੁਰਾਣੀਆਂ ਪਾ ਲਿਆਉਂਦਾ ਸੀਗਾ ਕੋਈ ਉਹ ਵੀ ਨਹੀਂ ਛੱਡਦਾ ਹੁੰਦਾ ਸੀ, ਉਹ ਵੀ ਲੈ ਜਾਂਦੇ ਸੀ ਚੱਕ ਕੇ, ਪਤਾ ਨਹੀਂ ਮੇਰੇ ਨਾਲ ਕੀ ਦੁਸ਼ਮਣੀ ਸੀ। ਅਤੇ ਖੈਰ ਚੱਲਦੇ ਹਾਂ ਫਿਲਹਾਲ ਘਰ ਵਾਪਸ ਅਤੇ ਅਗਲਾ ਕੰਮ ਘਰ ਵੇਖਦੇ ਹਾਂ ਅਗਲੀ ਦਿਹਾੜੀ ਦੀ ਕੀ ਸਲਾਹ ਗੀ। ਘਰ ਚੱਲਦੇ ਹਾਂ, ਲਾਈਟ ਹੋਵੇ ਤਾਂ ਪੱਖਾ ਛੱਡ ਲਾਂਗੇ ਅਤੇ ਐਡੇ ਜੋਗੇ ਪੈ ਜਾਂਗੇ। ਅਤੇ ਅੱਜ ਕੱਲ੍ਹ ਭਾਈ ਮੌਸਮ ਇਹੋ ਜਿਹਾ ਹੁੰਦਾ, ਇੱਕ ਵਾਰੀ ਟੇਢਾ ਹੋਣ ਦੀ ਲੋੜ ਹੁੰਦੀ, ਉਸ ਤੋਂ ਬਾਅਦ ਬਸ ਫਿਰ ਕੰਮ ਹੀ ਟੇਢਾ ਹੋ ਜਾਂਦਾ। ਹਾਂ ਐਂ ਪਤਾ ਲੱਗਦਾ ਭਾਈ, ਘਰ ਦੇ ਕਹਿੰਦੇ ਆ ਨੀਰਾ ਪਾਉਣਾ ਅਤੇ ਭਾਈ ਉੱਠ ਸੱਜਣਾ। ਸਤਨਾਮ ਸ਼੍ਰੀ ਵਾਹਿਗੁਰੂ। ਕਿੱਥੋਂ ਹੋਏ?
ਤਾਂ ਬਈ ਟੰਗੀ ਨਾ ਸਤਨਾਮ ਵਾਹਿਗੁਰੂ ਵਾਹਿਗੁਰੂ ਤੇ ਜਾਂਦੇ ਜਾਂਦੇ ਬਾਬਾ ਜੀ ਦੇ ਦਰਸ਼ਨ ਆਪਾਂ ਫੇਰ ਕਰਾਤੇ ਇੱਕ ਵਾਰੀ ਸੋਨੂੰ ਤੇ ਫਿਲਹਾਲ ਆਪਾਂ ਪਕੌੜਿਆਂ ਨਾਲ ਜਲੇਬੀਆਂ ਨਾਲ ਟੈਂਕੀਆਂ ਫੁੱਲ ਕਰੀਆਂ ਹੋਈਆਂ ਤੇ ਅੱਜ ਥੋੜਾ ਜਿਹਾ ਸਕੂਨ ਮਿਲਿਆ ਹੋਇਆ ਖੇਤ ਵਾਲੇ ਕੰਮ ਵੱਲੋਂ ਖੇਤ ਜਾਣ ਦਾ ਕੋਈ ਖਾਸ ਕੰਮ ਕਰ ਰਹੇ ਨਹੀਂ ਤੇ ਮਨਪ੍ਰੀਤ ਗਿਆ ਗਵਾਂਢੀਆਂ ਦੇ ਕਰਾਹਾ ਲਵਾਉਣ ਟਰੈਕਟਰ ਲੈ ਕੇ ਤੇ ਫਿਲਹਾਲ ਆਪਾਂ ਆਰਾਮ ਕਰਦੇ ਹਾਂ 11 ਵਜੇ ਦਾ ਸਮਾਂ ਹੋ ਗਿਆ ਤੇ ਦੁਪਹਿਰ ਬਾਅਦ ਅਗਲੀ ਦਿਨ ਚਾਰੇ ਆਪਣੀ ਜਾਰੀ ਰੱਖਦੇ ਹਾਂ ਤਿੰਨ ਵੱਜ ਕੇ 23 ਮਿੰਟ ਤੇ ਭਾਈ ਹਨੇਰੀ ਵਾਲਾ ਸਿਸਟਮ ਜਿਹਾ ਬਣ ਗਿਆ ਤੇ ਬੱਦਲ ਕਈ ਵਾਰੀ ਬਣ ਜਾਂਦਾ ਤੇ ਢਹਿ ਜਾਂਦਾ ਬਣ ਜਾਂਦਾ ਢਹਿ ਜਾਂਦਾ ਇਹੋ ਜਿਹੀਆਂ ਗੱਲਾਂ ਬਾਤਾਂ ਚੱਲੀ ਜਾਂਦੀਆਂ ਤੇ ਅਮਰੂਦ ਹੋਰੇ ਹੱਲੀ ਜਾਂਦੇ ਆ ਉਹ ਤਾਜ ਹੋ ਰਿਹਾ ਆ ਤਾਜ ਫਿਰਦਾ ਜੀ ਭਾਈ ਇੱਥੇ ਗੰਢੇ ਵੇਚਦਾ ਤੇ ਆਪਾਂ ਹੁਣੇ ਚਾਰੀਏ ਹੁਣੀ ਬਸ 20-25 ਮਿੰਟ ਪਹਿਲਾਂ ਇਹਨਾਂ ਦਾ ਨੀਰੇ ਜੇਰ ਵਾਲਾ ਪ੍ਰੋਗਰਾਮ ਕੀਤਾ ਤੇ ਦਵਾ ਦਵ ਖਾਣ ਬੜੀਆਂ ਪਈਆਂ ਸਵਾਦ ਆ ਕੁੜੇ ਬਹੁਤ ਸਵਾਦ ਆ ਸਾਨੂੰ ਛੇੜ ਨਾ ਬਸ ਸਾਨੂੰ ਖਾ ਲੈਂਦੇ ਜੋ ਪਰ ਕੇ ਤੇ 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 ਗੱਲਬਾਤ ਮਿਲਦਾ ਇਹ ਨਹੀਂ ਪਤਾ ਬਾਅਦ ਚ ਕਰਨੀ ਪਈ ਹਨੇਰੀ ਵਾਲਾ ਮਾਹੌਲ ਮੰਮੀ ਬੜਾ ਤੇਜ਼ ਹੋ ਗਿਆ ਤੇ ਸਾਰਿਆਂ ਤੋਂ ਪਹਿਲਾਂ ਭਾਈ ਜਿਨ੍ਹਾਂ ਨੇ ਮਾਤਾ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਉਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਬਾਕੀ ਗੱਲਬਾਤ ਮਾੜਾ ਠਹਿਰ ਕੇ ਕਰਦੇ ਆ ਤੇ ਹਨੇਰੀ ਵਾਲਾ ਕੰਮ ਬੜਾ ਤੇਜ਼ ਆ ਤੇ ਉਹਨੇ ਨਹਾ ਧੋ ਲਈ ਆਪਾਂ ਨਾਲੇ ਤੇ ਕੰਮ ਭਾਈ ਵੱਧਦੇ ਥੋੜ੍ਹਾ ਜਿਹਾ ਵੱਧ ਗਿਆ ਹਲਕਾ ਜਿਹਾ ਘੁਲ ਮਿਲ ਗਿਆ ਰੱਬ ਤੇ ਹਲਕੀਆਂ ਜਿਹੀਆਂ ਕਣੀਆਂ ਵੱਧ ਗਈਆਂ ਤੇ ਸਮਾਂ ਇਸ ਵਕਤ ਹੋਇਆ 4:30 ਵਜੇ ਦਾ ਤੇ ਅਮਰੂਦ ਥੱਲੇ ਹੜ ਕੇ ਮਾਤਾ ਵੀ ਮੈਨੂੰ ਦੇਖ ਕੇ ਬਈ ਕੈਮਰਾ ਤੁਰੇ ਨੂੰ ਹੋ ਜਾਓ ਮੰਮੀ ਮਾੜਾ ਇੱਧਰ ਕਣੀਆਂ ਵੱਧ ਆਉਣੀਆਂ ਤੇ ਸਾਰਿਆਂ ਤੋਂ ਪਹਿਲਾਂ ਤਾਂ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਤਾ ਵੱਲੋਂ ਵੀ ਜਿਹੜਾ ਨੇ ਪ੍ਰਣਾਮ ਭੇਜਿਆ ਉਹਨਾਂ ਨੂੰ ਪ੍ਰਣਾਮ ਵੀਰੇ ਤੇ ਸਾਰੇ ਵੀਰਾਂ ਭੈਣਾਂ ਨੂੰ ਧੰਨਵਾਦ ਪਹਿਲੀਆਂ 'ਚ ਤੇ ਕੱਲ੍ਹ ਜਿਹੜੀ ਬਾਤ ਪਾਈ ਸੀ ਮਾਤਾ ਕਾਰੀਗਰ ਨੇ ਘਰ ਬਣਾਇਆ ਮੇਰੇ ਵਰਗਾ ਕੋਈ ਤੇ ਇਹਦਾ ਸਹੀ ਉੱਤਰ ਆ ਬਾਈ ਪੇਟੀ ਤੇ ਜਿਹੜੇ ਕਿ ਮਾਵਾਂ ਭੈਣਾਂ ਦੀ ਮੁਖਤਿਆਰੀ ਹੁੰਦੀ ਹੈ ਪੇਟੀਆਂ ਦੇ ਸਿਰਫ ਤੇ ਆਪਣੇ ਵਰਗਾ ਵੀਰ ਭਾਈ ਕੋਈ ਨਹੀਂ ਛੇੜਦਾ ਤੇ ਮਾਤਾ ਭੈਣਾਂ ਦਾ ਕੰਮ ਹੁੰਦਾ ਇਹ ਸਾਰਿਆਂ ਤੇ ਇੱਕ ਹੋਰ ਵੀਰ ਨੇ ਕੀ ਨਾਂ ਸੀਗਾ ਗੁਰਬਰਿੰਦਰ ਤੇ ਉਸ ਵੀਰ ਨੇ ਇੱਕ ਹੋਰ ਬਾਤ ਪਾਈ ਸੀ ਉਹ ਜਿਹੜੀ ਸਾਰਿਆਂ ਨੂੰ ਆਮ ਹੀ ਆਪਾਂ ਨੂੰ ਪਤਾ ਹੁੰਦਾ ਡੱਬ ਖੜਬੀ ਬੱਕਰੀ ਡੱਬੀ ਉਹਦੀ ਛਾਂ ਚੱਲ ਮੇਰੀ ਬੱਕਰੀ ਕੱਲ੍ਹ ਵਾਲੇ ਥਾਂ ਉਹ ਮੰਜਾ ਸੀ ਇਹ ਮੰਜਾ ਭਾਈ ਇਹਦਾ ਉੱਤਰ ਮੰਜਾ ਗਾ ਵੀਰੇ ਤੇਰੀ ਬਾਤ ਦਾ ਤੇ ਬਾਕੀ ਅੱਜ ਦੀ ਨਵੀਂ ਬਾਤ ਮੰਮੀ ਕਿਹੜੀ ਪਾ ਰਹੇ ਆਪਾਂ ਅੱਜ ਦੀ ਬਾਤ ਪਾਉਂਦੀ ਆ ਰਾਜੇ ਜੀ ਦੇ ਖੇਤ 'ਚ ਨੀ ਮਾਲੀ ਦੇ ਬਾਗ 'ਚ ਨੀ ਉਹ ਚੀਜ਼ ਖਾਣੀ ਜੀ ਤੇ ਫੁਲਕ ਨੀ ਇੱਕ ਵਾਰੀ ਹੋਰ ਬੋਲ ਰਾਜੇ ਜੀ ਦੇ ਖੇਤ 'ਚ ਨੀ ਮਾਲੀ ਦੇ ਬਾਗ 'ਚ ਨੀ ਉਹ ਚੀਜ਼ ਖਾਣੀ ਆ ਜੀ ਤੇ ਫੁਲਕ ਨੀ ਹਾਂ ਭਾਈ ਬੁੱਝਿਓ ਸਤਿ ਸ੍ਰੀ ਅਕਾਲ ਹਾਂ ਲਾਜ਼ਮੀ ਭਾਈ ਤੇ ਕਮੈਂਟ ਭੇਜਿਓ ਤੇ ਲਾਈਕ ਵੀ ਕਰਿਓ ਜੁੜੇ ਰਹੋ ਚੈਨਲ ਦੇ ਨਾਲ ਇੱਕ ਭਾਈ ਕਹਿੰਦਾ ਇੱਕ ਦੋ ਭਾਈ ਕਹਿੰਦੇ ਹੁੰਦੇ ਕਈ ਵਾਰੀ ਕਿ ਮਾਤਾ ਵੀ ਵਧੀਆ ਗੱਲਾਂ ਕਰਦੇ ਵੀ ਪਿਆਰੀ ਬੋਲੀ ਲੱਗਦੀ ਧੰਨਵਾਦ ਭਾਈ ਸਾਰਿਆਂ ਦਾ ਧੰਨਵਾਦ ਸਾਰੇ ਮੇਰੇ ਵੱਲੋਂ ਵੀ ਧੰਨਵਾਦ ਹਾਂ ਵੀ ਕਹਿੰਦੇ ਥੋੜੀ ਜਿਹੀ ਵੀਡੀਓ ਲੰਮੀ ਬਣਾਇਆ ਕਰੋ ਵੀਰੇ ਕਈ ਵਾਰੀ ਇਹ ਹੁੰਦਾ ਕਿ ਟਾਈਮ ਦੀ ਥੋੜੀ ਘਾਟ ਹੁੰਦੀ ਹੈ ਜਿਵੇਂ ਹੁਣ 4:35 ਦਾ ਸਮਾਂ ਹੋ ਗਿਆ ਹੁਣ ਸੰਨੀ ਲੱਗਦੇ ਆ ਭਾਈ ਸੰਨੀ ਤੇ ਭਿੱਜੀ ਜਾਂਦੀ ਹੈ ਬਾਹਰ ਜਿਵੇਂ ਸੰਨੀ ਪਾਈ ਪਈ ਆ ਤੇ ਹੁਣ ਕਣੀਆਂ ਭਾਈ ਲਈਆਂ ਹੋਈਆਂ ਨਹੀਂਆਂ ਤੇ ਇਹੋ ਜਿਹਾ ਸਿਸਟਮ ਤੇ ਇਹੋ ਜਿਹੇ ਕੰਮ ਕਾਰਾਂ 'ਚ ਬਸ ਅਸੀਂ ਦਿਨ ਲੰਘ ਜਾਂਦਾ ਖੇਤ ਵਗ ਜਾਂਦੇ ਅੱਜ ਖੇਤ ਨਹੀਂ ਗਏ ਤੇ ਆਪਾਂ ਬਲੌਗ ਵੀ ਜ਼ਿਆਦਾ ਨਹੀਂ ਬਣਾਇਆ ਗਾ ਕਿਉਂਕਿ ਦਿਨੇ ਅੱਜ ਗੱਡੀ ਰੈਸਟ ਮੋਡ ਤੇ ਲਾਤੀ ਸੀ ਆਪਣੀ ਅੱਜ ਦਿਨ 'ਚ ਮੈਂ ਸੌਂ ਲਿਆ ਸੀਗਾ ਤੇ ਅੱਖਾਂ 'ਚ ਹਾਲੇ ਵੀ ਨੀਂਦ ਰੜਕੀ ਜਾਂਦੀ ਕਿਉਂਕਿ ਨੀਂਦ ਮੇਰੀ ਪੂਰੀ ਨਹੀਂ ਹੁੰਦੀ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹਿ ਜਾਓ ਖੜਨਾ ਨਹੀਂ ਕਿਸੇ ਨੇ ਵੀ ਤੇ ਇਹਨਾਂ ਦਾ ਭਾਈ ਨੀਰਾ ਚਾਰਾ ਇਹਨਾਂ ਨੇ ਖਾ ਲਿਆ ਤੇ ਹੁਣ ਇਹਨਾਂ ਦਾ ਪਾਣੀ ਧਾਣੀ ਦਾ ਟਾਈਮ ਹੋ ਰਿਹਾ ਇਹ ਤਾਂ ਹੀ ਟਿੱਡੀਆਂ ਦੇਖੀ ਜਾਂਦੀਆਂ ਕਿ ਹੁਣ ਇਹ ਸਾਨੂੰ ਪਾਣੀ ਪਿਆਊਗਾ ਤੇ ਖੈਰ ਥੋੜ੍ਹਾ ਸੀ ਬਲੌਗ ਅੱਜ ਕੋਈ ਗੱਲ ਨਹੀਂ ਅਤੇ ਫਿਲਹਾਲ ਅੱਜ ਤੁਸੀਂ ਇਹਨਾਂ ਨਾਲ ਹੀ ਐਡਜਸਟ ਕਰ ਲਿਓ ਅਤੇ ਅੱਜ ਕੰਮ ਕਾਰ ਕੋਈ ਵਾਲਾ ਹੈ ਨਹੀਂ ਸੀਗਾ ਅਤੇ ਖੇਤ ਦਾ ਵੀ ਅੱਜ ਵੀ ਮੌਸਮ ਥੋੜ੍ਹਾ ਜਿਹਾ ਖਰਾਬੀ ਚੱਲ ਰਿਹਾ ਸੀਗਾ ਅਤੇ ਸਪਰੇਅ ਰਹਿੰਦੀ ਆ 2 ਕਿੱਲੇ ਆਪਣੀ ਜਮਾਰ 'ਤੇ ਕਰਨ ਵਾਲੀ ਉਹ ਵੀ ਕੰਮ ਕੱਲ੍ਹ 'ਤੇ ਛੱਡਤਾ ਸੀਗਾ ਅਤੇ ਮਾਤਾ ਨੇ ਤਾਂ ਖੋਲ੍ਹ ਲਈ ਬਈ ਇੱਕ ਝੋਟੀ ਤਾਂ ਅਤੇ ਇੱਧਰੋਂ ਮੌਸਮ ਨਜ਼ਾਰਾ ਦੇਣਗੀਆਂ ਮੌਸਮ ਦਾ ਮੱਝਾਂ ਅਤੇ ਹੁਣ ਇਹਨਾਂ ਨੂੰ ਬਾਹਰ ਬੰਨਦੇ ਆ ਇੱਥੇ ਅਤੇ ਹੁਣ ਬਾਹਰ ਦੀ ਸ਼ਿਫਟ ਆ ਗਈ ਇਹਨਾਂ ਦੀ ਅਤੇ ਨੀਰਾ ਚਾਰਾ ਅੰਦਰ ਪਾ ਦੇਣੇ ਉਹਨਾਂ ਅੰਦਰ ਲਾਭ ਇਹਨਾਂ ਨੇ ਖਾ ਲਿਆ ਅਤੇ ਹੁਣ ਆਪਾਂ ਜਾਂਦੇ ਆਪਣੀ ਜਿੰਮ ਦੀ ਡਿਊਟੀ 'ਤੇ ਅਤੇ ਬਾਕੀ ਗੱਲਬਾਤ ਖਾਸ ਜਿੰਮ 'ਚ ਇੱਕ ਦੋ ਵੀਰ ਭਾਈ ਕਹਿੰਦੇ ਹੁੰਦੇ ਸਾਨੂੰ ਜਿੰਮ ਦੀਆਂ ਵੀਰੇ ਐਕਸਰਸਾਈਜ਼ਾਂ ਵੇਟ ਘਟਾਉਣ ਵਾਲੀਆਂ ਫੈਟ ਘਟਾਉਣ ਵਾਲੀਆਂ ਅਤੇ ਉਹ ਦੱਸਿਓ ਅਤੇ ਆ ਵੀਰੇ ਉਹ ਲਾਜ਼ਮੀ ਦੱਸਾਂਗੇ ਯਾਰ ਆਪਾਂ ਨੂੰ ਗੱਲਬਾਤ ਪਤਾ ਕੀ ਆ ਕਿ ਸਵੇਰੇ ਵੀ ਬਸ ਮੈਂ ਕਾਲ ਝੋਨਾ ਜਿਹੜੇ ਇੱਕ ਦੋ ਮੁੰਡਿਆਂ ਨਾਲ ਬਣਾਉਣੀ ਹੈਗੀ
ਤੇ ਉਹ ਐਕਸਰਸਾਈਜ਼ਾਂ ਵਾਲੀ ਮਤਲਬ ਤੁਹਾਨੂੰ ਪ੍ਰੋਪਰ ਉਹ ਐਕਸਰਸਾਈਜ਼ਾਂ ਲਾ ਕੇ ਦੱਸਾਂ ਕਿ ਵੀ ਆਹ ਐਕਸਰਸਾਈਜ਼ ਲਾਉਣੀ ਹੈ ਵੀਰੇ ਤੇ ਖਾਣ ਪੀਣ ਦਾ ਵੀ ਕੋਈ ਬਾਹਲੀ ਵੱਡੀ ਚੱਕਰ ਵਾਲੀ ਗੱਲ ਨਹੀਂ ਹੁੰਦੀ ਗੀ ਅਤੇ ਉਹ ਵੀ ਲਾਜ਼ਮੀ ਹੋਜੂਗਾ ਅਤੇ ਬਸ ਇੱਕ ਅੱਧੇ ਦਿਨ 'ਚ ਕੋਸ਼ਿਸ਼ ਕਰਦੇ ਹਾਂ ਯਾਰ ਅਤੇ ਬਣਾ ਦਿਆਂਗੇ ਅਤੇ ਖਿੱਚਦੂ ਦਾ ਸਮਾਂ ਹੁੰਦਾ ਸਾਰਿਆਂ ਕੋਲ ਤਾਂ ਕਰਕੇ ਬਸ ਹੋ ਜਾਂਦਾ ਗਾ ਸਿਆਂ ਕੁੜੇ ਗਾਣ ਵਜਾਣ ਸੁਣਾਈ ਕੋਈ ਨਹੀਂ ਠੀਕ ਹੈ ਤੈਨੂੰ ਤਾਂ ਪਾਣੀ ਚੱਲ ਧਾਰੀ ਦਿੰਦਾ ਅਤੇ ਆਹ ਬਾਲਟੀਆਂ ਸਪੈਸ਼ਲ ਮੈਂ ਨੀਰਾ ਚਾਰਾ ਪਾ ਕੇ ਉਹਦੀ ਭਰ ਕੇ ਧਰ ਦਿੰਦਾ ਹੁੰਦਾ ਗਾ ਅਤੇ ਜਿਹੜੀਆਂ ਹੁਣ ਕਿਰਾਂ ਤਾਂ ਦੋ ਕੁ ਨੂੰ ਪੂਰਾ ਆਜੂਗਾ ਇੰਨਾ ਕਾ ਕਿਰਾਂ ਇਹਨਾਂ ਨੂੰ ਲਾਲਚੀ ਲਾ ਦਿੰਦੇ ਹਾਂ ਉਦੋਂ ਬਾਅਦ ਭਰ ਬਾਲਟੀਆਂ ਉੱਤੋਂ ਦੀ ਹੋਰ ਪਾਣੀ ਪਾ ਦਿੰਦੇ ਹਾਂਗੇ ਫਿਰ ਆਪਦਾ ਕੰਮ ਥੋੜ੍ਹਾ ਜਿਹਾ ਸੌਖਾ ਰਹਿੰਦਾ ਗਾ ਅਤੇ ਪਹਿਲਾਂ ਵੀ ਕਈ ਵਾਰੀ ਦੱਸਿਆ ਬਾਲਟੀਆਂ ਨਾਲ ਅਸੀਂ ਦੋ ਕੁ ਕਾਰਨਾਂ ਕਰਕੇ ਬਾਲਟੀਆਂ ਨਾਲ ਪਿਆਉਂਦੇ ਇਹਨਾਂ ਨੂੰ ਪਾਣੀ ਅਤੇ ਇੱਕ ਤਾਂ ਭਾਈ ਦੋ ਤਿੰਨ ਦੋ ਕੁ ਮੱਝਾਂ ਜੂਠਾ ਘੱਟ ਪੀਂਦੀਆਂ ਪਾਣੀ ਹਾਂ ਵੀ ਜਿਵੇਂ ਉੱਥੇ ਉਹ ਟੈਂਕੀ ਥੱਲੇ ਇੱਧਰ ਕਈ ਵਾਰੀ ਬੱਠਲ ਵੀ ਰੱਖ ਦਿੰਦੇ ਉਹਨਾਂ 'ਤੇ ਇਹਨਾਂ ਨੂੰ ਲਾ ਕੇ ਪਿਆਈ ਜਾਂਦੇ ਹੁੰਦੇ ਹਾਂਗੇ ਅਤੇ ਉੱਥੇ ਫਿਰ ਇੱਕ ਦੂਜੀ ਦਾ ਜੂਠਾ ਪੀਂਦੀਆਂ ਨੇ ਬਾਲਟੀਆਂ ਨਾਲ ਡੋਡੀਏ ਪਾ ਦਿੰਦੇ ਇਹਨਾਂ ਨੂੰ ਅਤੇ ਉਦੋਂ ਕੰਮ ਸੂਤ ਰਹਿੰਦਾ ਗਾ ਫਿਰ ਪੀ ਜਾਂਦੀਆਂ ਰਹਿੰਦੀਆਂ ਨੇ ਅਤੇ ਦੂਜਾ ਇਹ ਕੰਮ ਮੈਨੂੰ ਐਵੇਂ ਸੌਖਾ ਲੱਗਦਾ ਬਾਲਟੀਆਂ ਭਰੀਆਂ ਇਹਨਾਂ ਦੇ ਕੋਲ ਧਰੀਆਂ ਦਵਾ ਦਾ ਪੀ ਲੈਂਦੀਆਂ ਉੱਥੇ ਚੋਜ ਜੇ ਕਰੀ ਜਾਂਦੀਆਂ ਇੱਧਰ ਮੂੰਹ ਮਾਰ ਲਿਆ ਕਦੇ ਟੂਟੀ 'ਤੇ ਜੀਭ ਮਾਰ ਲਈ ਅਤੇ ਇਹੋ ਜਿਹੀ ਗੱਲਬਾਤ ਹੋਈ ਜਾਂਦੀ ਰਹਿੰਦੀ ਆ ਅਤੇ ਠੰਡਾ ਸੋਹਣਾ ਮੌਸਮ ਅਤੇ ਵਧੀਆ ਨਜ਼ਾਰਾ ਆਈ ਜਾਂਦਾ ਗਾ ਅਤੇ ਨਜ਼ਾਰਾ ਜਾਈ ਜਾਂਦਾ ਅਤੇ ਨਜ਼ਾਰਿਆਂ ਨੂੰ ਆਉਣ ਦਾ ਹੀ ਹੱਕ ਹੋਣਾ ਚਾਹੀਦਾ ਇਕੱਲਾ ਜਾਣ ਦਾ ਨਹੀਂ ਨਜ਼ਾਰੇ ਆ ਕੇ ਆਪਣੇ ਕੋਲ ਰਹਿਣੇ ਚਾਹੀਦੇ ਨੇ ਤਾਜ਼ ਹੋ ਰਹੇ ਬੇਟੇ ਭੱਜ ਕੇ ਬੜਾ ਅੱਛਾ ਬਲੌਗ ਬਣਾਉਣਾ ਗਾ ਭੱਜ ਕੇ ਇਹ ਬਣਾਊਗਾ ਤਾਜ਼ ਬਣਾਊਗਾ ਭੱਜਿਓ ਆ ਜਾਓ ਤੈ ਟੈ ਟੈ ਗਾਣਾ ਸੁਣਾਉਂਦਾ ਹੀ ਆਊਗਾ ਇਹ ਮੇਰੇ ਕੋਲ ਸਿੱਧੂ ਮੂਸੇ ਵਾਲਾ ਅਤੇ ਭਾਈ ਹੁਣ ਬਾਕੀ ਰਹਿੰਦਾ ਬਲੌਗ ਆਪਾਂ ਤਾਜ ਨਾਲ ਬਣਾਉਣੇ ਤੈਨੂੰ ਗੋਦੀ ਚੱਕ ਕੇ ਬਣਾ ਰਹਾ ਬਲੌਗ ਅੱਜ ਬਣਾਈ ਚੱਲ ਕਰੋ ਭਾਈ ਮੁੰਡੇ ਦੀ ਫਰਮਾਇਸ਼ ਪੂਰੀ ਕਰੋ ਤੇ ਇੱਕ ਕੀ ਕਹਿੰਦੇ ਹੁੰਦੇ ਆ ਸਾਫ਼ ਕਿਵੇਂ ਕਹਿੰਦੇ ਹੁੰਦੇ ਆ ਕੀ ਕਰੋ ਤੇਰੇ ਪਹੁੰਚ ਟੌਂਕਰਾਂ ਕਣੀ ਲੱਗ ਗਈ ਆਪਣੇ ਫੋਨ 'ਤੇ ਇੱਕ ਮਿੰਟ ਹਾਂ ਹੁਣ ਠੀਕ ਹੈ ਅਤੇ ਉਹ ਕਰ ਇੱਕ ਕੀ ਕਹਿੰਦੇ ਹੁੰਦੇ ਆ ਸਭ ਕੀ ਕਰੋ ਸ਼ੱਕਰ ਪਾਰਾ ਕਰੋ ਕੀ ਕਹਿੰਦੇ ਹੁੰਦੇ ਆ ਹੈਂ ਟੈਰ ਚੜਦੀ ਆ ਮੱਝ ਮੱਝ ਠੀਕ ਆ ਹਟ ਜੂ ਤਾਂ ਵੈਸੇ ਕਰਦੀ ਆ ਸਬਸਕ੍ਰਾਈਬ ਕਰੋ ਐਂ ਰਹਿ ਗਿਆ ਉਹ ਤਾਂ ਕਹਿੰਦੇ ਤੇ ਬੇਬੇ ਨੂੰ ਵੀ ਕਹਿ ਦਿਓ ਬੇਬੇ ਨੂੰ ਬਲੌਗ ਬਣਾਓ ਬੇਬੇ ਭਾਈ ਭੱਜ ਦੌੜ 'ਚ ਫਿਰਦੇ ਕਿਉਂਕਿ ਹੁਣ ਇਸ ਵੇਲੇ ਧਾਰਾਂ ਦਾ ਸਮਾਂ ਹੋ ਜਾਂਦਾ ਤੇ ਮਾਵਾਂ ਭੈਣਾਂ ਨੂੰ ਤਾਂ ਫਿਰ ਹਾਂ ਬਲੌਗ ਪੂਰਾ ਦੇਖਿਆ ਕਦੋਂ ਕਹਿੰਦੇ ਸਾਰੇ ਨੂੰ ਪਿੰਡ ਤੱਕ ਬਲੌਗ ਵਧੀਆ ਬਲੌਗ ਬਣਾਉਣਾ ਮੈਂ ਕਦੇ ਦੱਸ ਦਿਓ ਲਾਜ਼ਮੀ ਦੱਸਿਓ ਅਤੇ ਇੱਕ ਇਹ ਗੱਲ ਵੀਰੇ ਲਾਜ਼ਮੀ ਦੱਸ ਦਿਆ ਕਰੋ ਕਿ ਹੈ ਨਾ ਕਿਹੜਾ ਵੀਰ ਕਿੱਥੋਂ ਬਈ ਬਲੌਗ ਦੇਖ ਰਿਹਾ ਹੈਗਾ ਆਪਣਾ ਸ਼ਹਿਰ ਦਾ ਪਿੰਡ ਦਾ ਅਤੇ ਆਪਣਾ ਨਾਂ ਪਤਾ ਜ਼ਰੂਰ ਇੱਕ ਵਾਰੀ ਦੱਸ ਦਿਓ ਸਾਨੂੰ ਇਹ ਪਤਾ ਲੱਗ ਜਾਏ ਇਹਦੇ ਨਾਲ ਕਿ ਸਾਡੇ ਬਲੌਗ ਦੀ ਰੀਚ ਕਿੱਥੋਂ ਕੁ ਤੱਕ ਬਣਦੀ ਹੈਗੀ ਅਤੇ ਲਾਈਕ ਲਾਜ਼ਮੀ ਕਰਦੇ ਕਰੋ ਇਹਦੇ ਨਾਲ ਸਾਨੂੰ ਹੌਸਲਾ ਮਿਲ ਜਾਂਦਾ ਪਾਣੀ ਹੋ ਗਿਆ ਪੁੱਤਰ ਉਹਦਾ ਪਾਣੀ ਧਰਦਿਆਂ ਮੈਂ ਇੱਥੇ ਖੜ ਹਾਂ ਹੋਰ ਪੀਊਗੀ ਨਾ ਇਹ ਅਤੇ ਹੌਸਲਾ ਅਫਜਾਈ ਲਾਜ਼ਮੀ ਕਰਦੇ ਕਰੋ ਵੀਰ ਬਣ ਕੇ ਸਾਥ ਦਿਆ ਕਰੋ ਪਿੰਡਾਂ ਵਾਲਾ ਦੇਸੀ ਮਾਹੌਲ ਚਾਲ ਤੁਹਾਨੂੰ ਸਾਰਾ ਦਿਖਾਉਂਦੇ ਰਹਿੰਦੇ ਹੈਗੇ ਅਤੇ ਦੀਦੀ ਕੀ ਕਰੀ ਜਾਂਦੇ ਸਹਿਜ ਹੋਏ ਸਕੂਲ ਦਾ ਅਤੇ ਇਹ ਬਾਈ ਚਾਰ ਕੁ ਦਿਨ ਸਕੂਲ ਜਾ ਕੇ ਫਿਰ 10-15 ਦਿਨ ਛੁੱਟੀਆਂ ਮਾਰ ਲੈਂਦਾ ਹੁੰਦਾ ਐਂ ਕਰਦਾ ਹੁੰਦਾ ਅਤੇ ਕਿਤੇ ਆਏਗਾ ਸਕੂਲ ਹੁਣ ਤੜਕੇ ਪੱਕਾ ਉਹ ਸਾਰੇ ਦੇਖਣਗੇ ਉਹ ਕਹਿ ਜੇ ਉਹਨਾਂ ਨੇ ਪੁੱਛਿਆ ਵੀ ਤੜਕੇ ਗਿਆ ਨਹੀਂ ਆਹ ਬੱਦਲ ਓਏ ਬੱਦਲ ਕਿਵੇਂ ਗਾਜਦਾ ਚੱਲ ਲੈ ਫਿਰ ਸਮਾਪਤੀ ਕਰਦੇ ਆਪਾਂ ਅੱਜ ਦੇ ਬਲੌਗ ਦੀ ਅਤੇ ਖੜ ਜਸਦਾ ਬਸ ਸਮਾਪਤੀ ਆ ਭਾਈ ਇੱਥੇ ਆਪਣੇ ਅੱਜ ਦੇ ਬਲੌਗ ਦੀ ਅਤੇ ਹੁਣ ਜਿੰਮ ਦੀ ਡਿਊਟੀ ਦਾ ਸਮਾਂ ਹੋ ਗਿਆ ਅਤੇ ਚੱਲਦੇ ਹਾਂ ਜਿੰਮ ਨੂੰ ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਨਵੇਂ ਬਲੌਗ ਦੇ ਨਾਲ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਤੈਨੂੰ ਲੈ ਜਾ ਤੂੰ ਕੀ ਕਰੇਗਾ ਜਿੰਮ ਜਾ ਕੇ ਕਿਵੇਂ ਲਾਉਂਦੇ ਹੁੰਦੇ ਜਿੰਮ ਦੱਸੀ ਕਿਵੇਂ ਲਾ ਕੇ ਦਿਖਾਈ ਬੜੀ ਇੱਥੇ ਕੜ ਕੇ ਲਾ ਕੇ ਦਿਖਾਈ ਕਿਵੇਂ ਲਾਉਂਦੇ ਹੁੰਦੇ ਜਿੰਮ ਇਹ ਐਂ ਡੋਲਾ ਦਿਖਾ ਦੇ ਹੁਣ ਡੋਲਾ ਦਿਖਾ ਦੇ ਸਾਰਿਆਂ ਨੂੰ ਕਿੱਡਾ ਕੁ ਡੋਲਾ ਕਿੱਡੇ ਕੋਕੇ ਡੋਲਾ ਇੱਕ ਡੋਲਾ ਦਿਖਾ ਦੇ ਇਹਦਾ ਵਿਚਾਰੇ ਦਾ ਸਾਰਾ ਜ਼ੋਰ ਲੱਗ ਗਿਆ ਅਤੇ ਕਈ ਵਾਰੀ ਮੇਰੇ ਨਾਲ ਜਿੰਮ 'ਚ ਚਲੇ ਜਾਂਦੇ ਸਹਿਜ ਅਤੇ ਇਹ ਇਹਨਾਂ ਨੂੰ ਗੇੜਾ ਕਢਾ ਲਿਆਉਣਾ ਅਤੇ ਇੰਨੇ ਨਾਲ ਕੀ ਹੁੰਦਾ ਆਪਣੇ ਜਵਾਕਾਂ ਦਾ ਵੀ ਧਿਆਨ ਬਈ ਨਾ ਇੱਧਰ ਵਗ ਜਾਂਦਾ ਹੁੰਦਾ ਖੇਡਣ ਖੇਡਾਂ ਖਿਡਾਈ ਵਾਲੇ ਪਾਸੇ ਅਤੇ ਜਵਾਕਾਂ ਨੂੰ ਲਾਜ਼ਮੀ ਇਹੋ ਜਿਹੀ ਇੱਜ਼ਤ ਦਿਖਾਉਂਦੇ ਰਹਿਣਾ ਚਾਹੀਦਾ ਸ਼ੁਰੂ 'ਚ ਖੜ ਜਾ ਯਾਰ ਤਾਜ ਥੱਲੇ ਯਾਰ ਮੈਨੂੰ ਕਾਹਤੋਂ ਤੰਗ ਕਰੀ ਜਾਂਦਾ ਗਾ ਡੰਗ ਅਤੇ ਠੀਕ ਹੈ ਫਿਰ ਇੰਨਾ ਕੁ ਸੀ ਆਪਣਾ ਅੱਜ ਦਾ ਵਲੌਗ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦਾ ਤੁਹਾਨੂੰ ਲੱਗਦਾ ਸਾਡਾ ਪ੍ਰੋਗਰਾਮ ਦੇਸੀ ਮਾਹੌਲ ਚੱਲ ਅਤੇ ਗੁੜਗੁੜ ਕਰਦਾ ਕੌਣ ਰੱਬ ਕਹਿੰਦਾ ਭਾਈ ਗੁੜਗੁੜ ਕਰਦਾ ਤੈਨੂੰ ਡਰ ਲੱਗਦਾ
ਤੇ ਸੋਹਣਾ ਮਾਹੌਲ ਵੈਸੇ ਬਣਿਆ ਹੋਇਆਗਾ ਤੇ ਠੰਡੀ ਆ ਰਹੀ ਆ ਹਵਾ ਤੇ ਜੀ ਤਾਂ ਐ ਕਰੀ ਜਾਂਦਾ ਕਿ ਸੌਂ ਜੀਏ ਦੱਬ ਕੇ ਖੇਤ ਕਹਿ ਰਿਹਾ ਕੰਮ ਕਰ ਜਿੰਨਾ ਸਾਰੇ ਆਪਣੀ ਰੋਟੀ ਚੱਲ ਜਾਂਦੀ ਉਹਨਾਂ ਨੂੰ ਆਪਾਂ ਨੂੰ ਪਹਿਲ ਦੇਣੀ ਚਾਹੀਦੀ ਆ ਤੇ ਨੀਂਦ ਮੇਰੀ ਬਸ 4.5-5 ਘੰਟੇ ਇੰਨੀ ਹੁੰਦੀ ਆ ਰੋਜ਼ ਦੀ ਜਿਹੜੀ ਸੌਣ ਵਾਲੀ ਕਿ ਵੀ 6-7 ਸਾਲਾਂ ਤੋਂ ਬਸ ਆਈ ਕੰਮ ਚੱਲੀ ਜਾਂਦਾ ਗਾ ਤੇ ਖੇਤ ਵਾਗੇ ਜਿੰਮ ਵਾਗੇ ਘਰੇ ਵਾਗੇ ਤੇ ਬਲੌਗ ਵਾਲਾ ਕੰਮ ਹੁਣ ਬਸ ਆਪਣਾ ਨਵਾਂ ਨਵਾਂ ਹੀ ਆ ਤੇ ਸਪੋਰਟ ਕਰਿਓ ਸ਼ੇਅਰ ਕਰਿਓ ਤੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਲਾਜ਼ਮੀ ਕਰਦੇ ਕਰੋ ਦੇਸੀ ਦੇ ਸਿੰਪਲ ਸ਼ੁੱਧ ਭਾਸ਼ਾ ਜੀ ਤੁਹਾਨੂੰ ਬਲੌਗ ਸਾਡੇ ਦੇਖਣ ਨੂੰ ਮਿਲਦੇ ਰਹਿਣਗੇ ਤੇ ਮਿਲਦੇ ਆ ਫਿਰ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਹੁਣ ਕਰ ਲਾ ਟੌਂ ਸਤਿ ਸ੍ਰੀ ਅਕਾਲ ਬਲਾ ਪਹਿਲਾਂ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਟੌਂ ਕਰੇ ਓ